ਤਰਨ ਤਾਰਨ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਮੇਲਾ ਲਗਾਇਆ ਗਿਆ, ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਕੀਤਾ। ਇਸ ਮੌਕੇ ਮੇਲੇ 'ਚ ਖੇਤੀਬਾੜੀ ਅਫਸਰਾਂ ਕਿਸਾਨਾਂ ਨੂੰ ਚੰਗੇ ਬੀਜ, ਖੇਤੀ ਸੰਦਾਂ, ਖਾਦਾਂ, ਸਪਰੇਆਂ, ਪਾਣੀ ਦਾ ਪੱਧਰ, ਨਾੜ ਨੂੰ ਅੱਗ ਨਾ ਲਾਉਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਾਰੇ ਜਾਣਕਾਰੀ ਦਿੱਤੀ। ਮੇਲੇ 'ਚ ਕਿਸਾਨਾਂ ਲਈ ਸਸਤੇ ਬੀਜ ਅਤੇ ਜ਼ਰੂਰਤ 'ਤੇ ਕੰਪਨੀਆਂ ਵੱਲੋਂ ਸਟਾਲ ਲਗਾਏ ਗਏ ਸਨ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਸਫਲ ਕਿਸਾਨਾਂ ਨੂੰ ਸਨਮਾਨਿਤ ਕੀਤਾ ਅਤੇ ਦੱਸਿਆ ਕਿ ਕਿਸਾਨ ਖੇਤੀ ਦੇ ਨਾਲ ਨਾਲ ਹੋਰ ਵੀ ਲਾਹੇਵੰਦ ਧੰਦੇ ਅਪਣਾਉਣ। ਇਸ ਮੌਕੇ ਮੇਲੇ 'ਚ ਪਹੁੰਚੇ ਕਿਸਾਨਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਵੋਟ ਪਾਉਣ ਲਈ EVM ਮਸ਼ੀਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸਭ ਤੋਂ ਪਹਿਲਾਂ ਹੈਗਾ ਵੀ ਆਪਾਂ ਕਿਸਾਨਾਂ ਨੂੰ ਇਹ ਕਹਿੰਦੇ ਹਾਂ ਵੀ ਆਪਾਂ ਕਣਕ ਝੋਨਾ ਫਸਲੀ ਚੱਕਰ ਕੱਢ ਕੇ ਅਤੇ ਆਪਾਂ ਡਾਇਵਰਸੀਫਾਈਡ ਜਿਹੜੀਆਂ ਫਸਲੀ ਵਿਭਿੰਨਤਾ ਵਿੱਚ ਆਪਾਂ ਆਈਏ, ਕਿਉਂਕਿ ਇਹਦੇ ਵਿੱਚ ਆਪਾਂ ਜੇ ਦੇਖਿਆ ਵੀ ਜੇ ਮੇਜਰ ਏਰੀਆ ਜਿਹਾ ਸਾਡਾ ਜਿਹੜਾ ਕਣਕ ਦੇ ਥੱਲੇ ਜਾਂ 35 ਲੱਖ ਹੈਕਟੇਅਰ ਏਰੀਆ ਆਉਂਦਾ ਅਤੇ ਝੋਨੇ ਵਿੱਚ ਸਾਡਾ 30 ਲੱਖ ਹੈਕਟੇਅਰ ਏਰੀਆ। ਔਰ ਇਹ ਜਿਹੜਾ ਜੇ ਆਪਾਂ ਜੇ ਦੇਖੀਏ ਪਿਛਲੇ ਜਿਹੜੇ 5-10 ਸਾਲਾਂ ਤੋਂ ਇੱਕੋ ਇਹ ਇੰਨਕ ਏਰੀਆ ਚੱਲਿਆ ਆ ਰਿਹਾ। ਅਸੀਂ ਕਹਿੰਦੇ ਵੀ ਆਪਣੇ ਝੋਨੇ ਦੇ ਵਿੱਚ, ਕਿਉਂਕਿ ਝੋਨੇ ਦਾ ਜਿਹੜਾ ਹੈਗਾ ਆਪਣਾ ਏਰੀਆ ਜ਼ਿਆਦਾ ਹੋਣ ਕਰਕੇ ਅਤੇ ਉਹਦੀ ਜਿਹੜੀ ਕੁਆਲਿਟੀ ਆ ਜਿਹੜੀ, ਇੱਕ ਤਾਂ ਉਹ 'ਚ ਫਰਕ ਪੈ ਰਿਹਾ, ਇੱਕ ਜਿਹੜਾ ਸਾਡਾ ਜਿਹੜਾ ਪਾਣੀ ਜਾਂ ਥੱਲੇ ਵਾਲਾ ਧਰਤੀ ਵਾਲਾ ਪਾਣੀ ਆ ਉਹ ਜਿਹੜਾ ਸਾਡਾ ਨੀਚੇ ਜਾ ਰਿਹਾ। ਅਤੇ ਇਸ ਕਰਕੇ ਆਪਾਂ ਜਿਵੇਂ ਕਹੋ ਇੱਕ ਮੱਕੀ ਦਾ ਇੱਕ ਸਬਸਟੀਟਿਊਟ ਹੈਗਾ, ਜਿਵੇਂ ਕਿ ਆਪਾਂ ਸਾਡੇ ਡਾਕਟਰ ਨਾਲ ਗੱਲ ਹੋ ਰਹੀ ਸੀਗੀ ਵੀ ਇੱਥੇ ਜਿਹੜਾ ਸਪਰਿੰਗ ਮੱਕੀ ਆ ਜਿਹੜੀ ਆਪਣੀ ਬਹਾਰ ਰੁੱਤ ਦੀ ਮੱਕੀ ਆ ਉਹਦੇ ਵਿੱਚ ਜਿਹੜਾ ਝਾੜੇ ਦਾ ਬਹੁਤ ਆ ਰਿਹਾ, ਲੇਕਿਨ ਮੇਨ ਪ੍ਰੋਬਲਮ ਜਿਹੜੀ ਆ ਰਹੀ ਆ ਮਾਰਕੀਟਿੰਗ ਦੀ, ਕਿਉਂਕਿ ਉਹਦੇ ਵਿੱਚ ਜਿਹੜਾ ਮੱਕੀ ਜਿਹੜੀ ਗਿੱਲੀ ਹੁੰਦੀ ਆ ਉਹਦੇ 'ਚ ਮਾਰਕੀਟ ਨੂੰ ਜਿਹੜਾ ਬੇਸ਼ੱਕ ਝਾੜ ਜ਼ਿਆਦਾ ਹੈਗਾ ਉਹਦੇ 'ਚ ਰੇਟ ਜਿਹੜਾ ਘੱਟ ਹੁੰਦਾ, ਕਿਉਂ ਮੋਇਸਚਰ ਜ਼ਿਆਦਾ ਹੋਣ ਕਰਕੇ ਰੇਟ ਨਹੀਂ ਪੂਰਾ ਮਿਲਦਾ, ਜਿਹਦੇ ਕਰਕੇ ਜਿਹਦੀ ਸਾਡੇ ਕਿਸਾਨ ਵੀਰਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ। ਅਸੀਂ ਇਹ ਹੈਗਾ ਵੀ ਸਾਡਾ ਵੀ ਇੱਥੇ ਜੇਕਰ ਡਰਾਇਰ ਜਿਹੜਾ ਛੋਟੇ ਲੈਵਲ ਪੱਧਰ 'ਤੇ ਡਰਾਇਰ ਲੱਗ ਜਾਣ ਤਾਂ ਕਿ ਉਹਦੇ ਵਿੱਚੋਂ ਜੇ ਮੱਕੀ ਜਿਹੜੀ ਆ ਉਹਦਾ ਉਹ ਡਰਾਇਰ ਹੋ ਕੇ ਉਹਦਾ ਸਹੀ ਜਿਹੜਾ ਉਹਨਾਂ ਨੂੰ ਰੇਟ ਕਿਸਾਨਾਂ ਨੂੰ ਮਿਲੇ ਤਾਂ ਕਿ ਅਸੀਂ ਇਹਦੇ ਥੱਲੇ ਏਰੀਆ ਵਧਾ ਸਕੀਏ। ਬਾਕੀ ਇਸ ਤੋਂ ਸਵਾ ਜਿਹੜੇ ਅਸੀਂ ਜਿਹੜੀਆਂ ਸਬਜ਼ੀਆਂ ਜਾਂ ਦਾਲਾਂ ਦੇ ਥੱਲੇ ਜਿਹੜਾ ਏਰੀਆ ਲਿਆਉਣ ਦੀ ਲੋੜ ਹੈ, ਜਿਵੇਂ ਕਿ ਹੁਣ ਇਸ ਵੇਲੇ ਜਿਹੜਾ ਸਾਨੂੰ ਹੁਣ ਮੂੰਗੀ ਜਿਹੜਾ ਝੋਨਾ ਆਪਣਾ ਕਣਕ ਤੋਂ ਬਾਅਦ ਇੱਕਦਮ ਹੁਣ ਅਸੀਂ ਜੇਕਰ ਮੂੰਗੀ ਦੀ ਫਸਲ ਹੈ ਜਿਹੜੀ ਕਿ 2 ਮਹੀਨੇ ਤਿਆਰ ਹੁੰਦੀ ਆ ਉਹਨੂੰ ਆਪਾਂ ਲਾ ਕੇ ਤਾਂ ਉਹਨੂੰ ਆਪਾਂ ਖੇਤ ਵਿੱਚ ਹੀ ਜਿਹੜਾ ਉਹਦੀਆਂ ਵਧਦੀਆਂ ਫਲੀਆਂ ਤੋੜਨ ਤੋਂ ਬਾਅਦ ਅਤੇ ਉਹਦੇ ਨਾਲ ਜਿਹੜਾ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਆ ਉਹ ਵੱਧਦੀ ਆ। ਦਾ ਕਿਸਾਨ ਸਿਖਲਾਈ ਕੈਂਪ ਤਰਨ ਤਾਰਨ ਵਿਖੇ ਇੱਥੇ ਲਗਾਇਆ ਜਾ ਰਿਹਾ, ਜਿਹਦੇ ਵਿੱਚ ਸਾਡਾ ਇਹ ਮੁੱਖ ਉਦੇਸ਼ ਹੋਣਾ ਕਿ ਕਿਸਾਨਾਂ ਦੇ ਘੱਟ ਤੋਂ ਘੱਟ ਖਰਚੇ ਦੇ ਨਾਲ ਕਿਵੇਂ ਵੱਧ ਪੈਦਾਵਾਰ ਲੈਣੀ ਆ ਅਤੇ ਕਿਸ ਤਰ੍ਹਾਂ ਇਹ ਕੁਆਲਿਟੀ ਜਿਹੜੀ ਹੈ ਨਾਲ ਮੇਨਟੇਨ ਕਰਨੀ ਆ, ਇਹ ਸਾਰਾ ਕੁਝ ਅਤੇ ਬਾਕੀ ਵਾਤਾਵਰਨ ਜਾਂ ਸਾਡੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਨੂੰ ਕਿਵੇਂ ਅਸੀਂ ਬਚਾ ਕੇ ਰੱਖਣਾ ਅਤੇ ਜ਼ਿਮੀਂਦਾਰਾਂ ਦੇ ਘੱਟ ਤੋਂ ਘੱਟ ਖਰਚੇ ਨਾਲ ਵੱਧ ਤੋਂ ਵੱਧ ਕਿਵੇਂ ਜਿਹੜਾ ਉਹ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਅਤੇ ਨਾਲ ਦੀ ਨਾਲ ਸਾਰੇ ਜਿਹੜੇ ਆਪਣੇ ਕੁਦਰਤੀ ਜਿਹੜੇ ਸੋਮੇ ਆ ਉਹਨਾਂ ਦੀ ਕਿਵੇਂ ਸਾਂਭ ਸੰਭਾਲ ਕਰ ਸਕਦੇ ਆ, ਇਹ ਸਾਰਾ ਮੁੱਖ ਉਦੇਸ਼ ਹੈ ਸਾਡੇ ਅੱਜ ਦੇ ਕੈਂਪ ਦਾ। ਅਤੇ ਇਹਦੇ ਨਾਲ ਹੀ ਕਿਸਾਨਾਂ ਨੂੰ ਜਿਹੜਾ ਉਹ ਜ਼ਮੀਨ ਦੀ ਜਿਹੜੀ ਆ ਉਪਜਾਊ ਸ਼ਕਤੀ ਵਧਾਉਣ ਲਈ ਜਿਹੜਾ ਉਹ ਮਿੱਟੀ ਪਰਖ ਵਾਸਤੇ ਜ਼ਮੀਨ ਨੂੰ ਲੇਜ਼ਰ ਲੈਵਲਰ ਦੇ ਨਾਲ ਆਪਣਾ ਪੱਧਰੀ ਕਰਵਾਉਣ ਦਾ ਅਤੇ ਨਾਲ ਦੀ ਨਾਲ ਜਿਹੜਾ ਵਾ ਉਹ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਜਿਹੜਾ ਉਪਰਾਲੇ ਕੀਤੇ ਜਾ ਰਹੇ ਆ, ਵੱਖ ਵੱਖ ਜਿਹੜੀ ਫਾਰਮ ਮਸ਼ੀਨਰੀ ਦਿੱਤੀ ਜਾ ਰਹੀ ਆ ਉਹਦੇ ਉੱਤੇ ਕਿਸਾਨਾਂ ਨੂੰ ਨਿੱਜੀ ਜਿਹੜੇ ਉਹ ਆਪਣੇ ਸੰਦਾਂ ਦੀ ਜਿਹੜੀ ਆ ਉਹ ਲੈਣਾ ਚਾਹੁੰਦੇ ਆ, ਜਿਹੜੇ ਵੀ ਸੰਦ ਲੈਣਾ ਚਾਹੁੰਦੇ ਆ ਉਹਦੇ ਉੱਤੇ 50% ਸਬਸਿਡੀ ਦੇ ਉੱਤੇ ਕਿਸਾਨਾਂ ਨੂੰ ਜਿਹੜੇ ਉਹ ਸੰਦ ਮੁਹੱਈਆ ਕਰਵਾਏ ਜਾ ਰਹੇ ਆ। ਅਗਰ ਜੇ ਫਾਰਮਰ ਆਪਣਾ ਗਰੁੱਪ ਬਣਾ ਕੇ ਲੈਣਾ ਚਾਹੁੰਦੇ ਆ ਸਬਸਿਡੀ ਤਾਂ ਉਹ ਮਤਲਬ ਅਸੀਂ 80% ਸਬਸਿਡੀ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ। ਇਹ ਸਾਡਾ ਮੁੱਖ ਉਦੇਸ਼ ਜਿਹੜਾ ਸੈਂਟਰ ਗੌਰਮੈਂਟ ਦੀ ਜਿਹੜੀਆਂ ਇੱਕ ਸਕੀਮ ਚੱਲ ਰਹੀ ਆ ਗ੍ਰੀਨ ਟ੍ਰਿਬਿਊਨਲ ਜਿਹੜੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਤਹਿਤ ਇਹ ਸੈਂਟਰ ਗੌਰਮੈਂਟ ਵੱਲੋਂ ਪੈਸਾ ਜਿਹੜਾ ਮੁਹੱਈਆ ਕਰਵਾਇਆ ਜਾ ਰਿਹਾ, ਜਿਹਦੇ ਨਾਲ ਕਿ ਮਤਲਬ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਇਹ ਸਾਰਾ ਉਪਰਾਲਾ ਕੀਤਾ ਜਾ ਰਿਹਾ ਅਤੇ ਨਾਲ ਦੀ ਨਾਲ ਜਿਹੜੀ ਆ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਫਸਲੀ ਰਹਿੰਦ ਖੂੰਹਦ ਖੇਤਾਂ ਵਿੱਚ ਵਾਹੁਣ ਦਾ ਜਿਹੜਾ ਉਹ ਜਾਗਰੂਕ ਕਰਨ ਲਈ ਫਾਰਮਰ ਨੂੰ ਇਹ ਕੈਂਪ ਜਿਹੜੇ ਆਯੋਜਿਤ ਕੀਤੇ ਜਾ ਰਹੇ ਆ। ਹਾਂ, ਅੱਜ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਜਿਹੜਾ ਹੈ ਉਹ ਤਰਨ ਤਾਰਨ ਜ਼ਿਲ੍ਹੇ ਵਿੱਚ ਲਾਇਆ ਗਿਆ, ਜਿਸ ਦੇ ਵਿੱਚ ਬਹੁਤ ਸਾਰੇ ਫਾਰਮਰ ਵੀਰਾਂ ਨੇ ਕੀਤਾ ਇਹਦੇ ਵਿੱਚ ਪਾਰਟੀਸਪੇਟ। ਇਸ ਦੇ ਵਿੱਚ ਸਾਡੇ ਜੁਆਇੰਟ ਡਿਵੈਲਪਮੈਂਟ ਦੇ ਡਾਇਰੈਕਟਰ ਹੈ PAU ਦੇ, ਉਹ ਚੀਫ ਐਗਰੀਕਲਚਰ ਆਫਿਸਰ AD ਸਾਹਿਬ ਅਤੇ ਇਹਨਾਂ ਦੀ ਪੂਰੀ ਟੀਮ ਅਤੇ ਬਹੁਤ ਸਾਰੇ ਫਾਰਮਰ ਵੀਰ ਇਹਦੇ ਵਿੱਚ ਹਾਜ਼ਰ ਨੇ। ਇਹਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਇਹਨਾਂ ਨੂੰ ਦੱਸਿਆ ਗਿਆ ਕਿ ਆਉਣ ਵਾਲੀਆਂ ਜਿਹੜੀਆਂ ਸੋਨੇ ਦੀਆਂ ਫਸਲਾਂ ਆ ਉਹਦੇ ਵਿੱਚ
किस तरह इन्होंने किन्ना क्रॉप डाइवर्सीफिकेशन उस क्रॉप जो स्टबल बर्निंग है वो जो साढ़े को संद है लेटेस्ट जोड़े आए हैं उन्होंने किस तरह इन्होंने यूज़ करना है। तो मैं ये आस करना कि सारे यदा सारे फायदा उठाएंगे तो इस बार जरा स्टबल बर्निंग तो रहत जो तरन तरन जिले के जोड़ा हैगा वै वो साड़ी जी वीट के तेजा जमा आँदी पैडी के सीजन के जोड़ा है 100% बिना स्टबल बर्निंग रहत जी इतनी हारवेस्टिंग होगी। हाँ यस हाँ इतने मैं ये दसना चाहवागा इतने अभी एक वीवीपैट तो जी सा बैलेट कंट्रोल यूनिट उन्होंने बारे भी इन्होंने फार्मर जा दिए जो 16 लोग सभा चुनाव हो जा रही बारे भी इन्हों जागरूक किया गया है कि जेकर जो ये वोट पाएंगे तो किस तरह ये देख सकते कि जिस इंसान इन्होंने वोट पाई है वो एक स्लिप जी गिरती है वो इतने देख के 7 सैकेंड तक उत्ते ही रही है तो देख सकते जिसन एक्चुअल इन्होंने वोट पाई है वो भी वोट जी है एक्चुअल ही पई है वो बारे भी इन्होंने जी जानकारी दी गई तो अपील की गई बिना किसी डर तो डूब तो लोभ लालच तो जो वोटर का होना जो यकीनी बनाया जाए।